हाँ जी स्टूडेंट्स वेलकम करते हैं थोड़ा टूर स्टडी क्लासेस यूट्यूब चैनल दे विच। इस वीडियो दे विच स्टूडेंट्स अपना क्लास 12th दे लई सब्जेक्ट रिलीजन रिलीजन दे फाइनल एग्जाम की तैयारी दे लई जिहड़े कि तुहाडे लॉन्ग क्वेश्चन आंसर जिहड़े कि 6 मार्क्स दे तुहानू 5 क्वेश्चन आंसर आने ने। 6 मार्क्स दे जिहड़े कि तुहानू 5 क्वेश्चन आउणगे जिन्हां दे विच और पा के आउणगे इह क्वेश्चन। ठीक है, मतलब कि इन्हां दे विच तुहानू जां पा के क्वेश्चन आउणगे, चॉइस होगी 6 नंबर दे होणगे, 5 क्वेश्चन होणगे। 5 ਕੁਐਸਚਨਾਂ ਦੇ ਵਿੱਚ ਤੁਹਾਨੂੰ ਜਾਂ ਪਾ ਕੇ ਕੁਐਸਚਨਸ ਆਉਣਗੇ ਇਹ 6-6 ਅੰਕਾਂ ਦੇ। ਸੋ ਇਹਦੇ ਲਈ ਤੁਹਾਨੂੰ ਆਪਾਂ ਉਹੀ ਲੌਂਗ ਕੁਐਸਚਨ ਇਸ ਵੀਡੀਓ ਦੇ ਵਿੱਚ ਦੇਖਾਂਗੇ ਕਿਹੜੇ ਕਿਹੜੇ ਇੰਪੋਰਟੈਂਟ ਨੇ, ਅਤੇ ਇੱਕ ਮਤਲਬ ਕਿ ਸਿਲੇਬਸ ਦੇ ਅਕੋਰਡਿੰਗ ਜਿਹੜੇ ਜਿਹੜੇ ਨਾ ਤੁਹਾਡੇ ਚੈਪਟਰਸ ਨੇ ਇਹ 3 ਉਹਨਾਂ ਵਿੱਚ ਵੰਡੇ ਹੋਏ ਨੇ, ਏ ਬੀ ਸੀ। ਜਿਵੇਂ ਹਿਸਟਰੀ ਦਾ ਤੁਹਾਨੂੰ ਏ ਬੀ 2 ਪੋਰਸ਼ਨ ਦੇ ਵਿੱਚ ਵੰਡਿਆ ਹੋਇਆ ਸੀ, ਇਹ 3 ਦੇ ਵਿੱਚ ਨੇ। ਮੈਂ ਤੁਹਾਨੂੰ ਉਹ ਜਿਹੜੇ ਕਿ ਅਪਲੋਡ ਕਰੂੰਗੀ ਉਹਦੇ ਅਕੋਰਡਿੰਗ ਤੁਸੀਂ ਆਪਣਾ ਸਟੱਡੀ ਕਰ ਸਕਦੇ ਹੋ। ਸੋ ਇਸ ਦੇ ਵਿੱਚ ਆਪਾਂ ਹੁਣ ਇੰਪੋਰਟੈਂਟ ਕੁਐਸਚਨਸ ਦੇਖਾਂਗੇ 6 ਮਾਰਕਸ ਵਾਲੇ। ਇਹਨੂੰ ਕਰਨ ਦਾ ਢੰਗ ਕੀ ਹੈ? 6 ਮਾਰਕਸ ਵਾਲੇ ਨੂੰ ਇੱਕ ਤਾਂ ਪਹਿਲਾਂ ਤੁਸੀਂ ਜਾਣ ਪਛਾਣ ਦੇਣੀ ਆ, ਠੀਕ ਹੈ, ਇੰਟਰੋਡਕਸ਼ਨ ਦੇਣੀ ਹੈ। ਦੈਨ ਉਸਦੇ 6 ਅੰਕਾਂ ਤੁਸੀਂ ਉਹਦੇ 7 ਪੁਆਇੰਟ ਦੇ ਸਕਦੇ ਹੋ, ਠੀਕ ਹੈ, 7 ਤੋਂ 8 ਐਨੇ ਪੁਆਇੰਟ ਸਫੀਸ਼ੀਐਂਟ ਨੇ। ਦੈਨ ਐਂਡ ਦੇ ਵਿੱਚ ਉਹਦਾ ਸਿੱਟਾ ਜ਼ਰੂਰ ਕੱਟਣਾ ਤੁਸੀਂ, ਅਤੇ ਪੁਆਇੰਟ ਉਹੀ ਕਰਨੇ ਨੇ ਜਿਹੜੇ ਤੁਹਾਡੇ 2 ਮਾਰਕਸ ਵਾਲਿਆਂ 'ਚ ਕੰਮ ਆ ਜਾਣ। ਅਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਕਿ 6 ਮਾਰਕਸ ਵਾਲੇ ਜਿਹੜੇ ਕੁਸ਼ਚਨ ਨੇ ਉਹਨਾਂ 'ਤੇ ਹੀ ਜ਼ਿਆਦਾ ਸਟ੍ਰੈਸ ਦੇਣਾ, ਕਿਉਂਕਿ 6 ਮਾਰਕਸ ਵਾਲੇ ਕੁਸ਼ਚਨ ਇੱਕ ਤਾਂ ਆਉਣਗੇ ਤੁਹਾਨੂੰ 5, ਤਾਂ ਇੱਥੇ ਤੁਹਾਡੇ 30 ਮਾਰਕਸ ਹੋ ਗਏ। ਦੈਨ ਉਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਤੁਹਾਡੇ 2 ਮਾਰਕਸ ਵਾਲੇ ਨਿਕਲੇ, ਇਹਨਾਂ ਦੇ ਵਿੱਚੋਂ ਤੁਹਾਡੇ ਵੈਰੀ ਸ਼ਾਰਟ ਜਿਹੜੇ ਤੁਹਾਨੂੰ ਓਬਜੈਕਟਿਵ ਨੇ ਉਹਨਾਂ 'ਚੋਂ ਨਿਕਲਣਗੇ। ਠੀਕ ਹੈ, ਅਤੇ ਓਬਜੈਕਟਿਵ ਲਈ ਥੋੜ੍ਹਾ ਧਿਆਨ ਦੇ ਨਾਲ ਰੀਡ ਕਰਨਾ, ਕਿਉਂਕਿ ਓਬਜੈਕਟਿਵ ਕੁਸ਼ਚਨਸ ਜਿਵੇਂ ਬੁੱਕ ਦੇ ਵਿੱਚੋਂ ਜਿਵੇਂ ਮਰਜ਼ੀ ਜਿਹੜੇ ਕਿ ਬਣ ਕੇ ਆ ਸਕਦੇ ਹੁੰਦੇ ਨੇ। ਹਾਂਜੀ, ਫਸਟ ਆਪਣਾ ਹੈ ਸਿੰਧ ਘਾਟੀ ਦੇ ਲੋਕਾਂ ਦਾ ਧਾਰਮਿਕ ਜੀਵਨ। ਸਿੰਧ ਘਾਟੀ ਨੂੰ ਹੜੱਪਾ ਸੱਭਿਅਤਾ ਵੀ ਲਿਖਿਆ ਸਕਦਾ, ਹੜੱਪਾ ਕਾਲ ਦੇ ਲੋਕਾਂ ਦਾ ਧਾਰਮਿਕ ਜੀਵਨ ਜਾਂ ਹੜੱਪਾ ਸੱਭਿਅਤਾ ਦੇ ਲੋਕਾਂ ਦਾ ਧਾਰਮਿਕ ਜੀਵਨ। ਤੁਸੀਂ ਬਸ ਪੁਆਇੰਟ ਕੀ ਦੇਖਣਾ? ਧਾਰਮਿਕ ਜੀਵਨ ਦੇਖਣਾ ਕੁਸ਼ਚਨ 'ਚ ਪੁੱਛਿਆ ਹੋਇਆ। ਕਿਹਨਾਂ ਦਾ ਪੁੱਛਿਆ ਹੋਇਆ? ਸਿੰਧ ਘਾਟੀ ਦਾ ਪੁੱਛਿਆ ਹੋਇਆ ਜਾਂ ਆਰੀਆ ਦੇ, ਕਿਉਂਕਿ ਆਰੀਆ ਦੇ ਵੀ ਨੇ ਅਤੇ ਸਿੰਧ ਘਾਟੀ ਦਾ ਵੀ ਆ, ਦੋਨਾਂ ਦੇ ਇਹ ਕੁਸ਼ਚਨ ਇੰਪੋਰਟੈਂਟ ਆ। ਅਤੇ ਇਹਨੂੰ ਹੜੱਪਾ ਕਾਲ ਦੇ ਵਿੱਚ ਧਾਰਮਿਕ ਵਿਸ਼ਵਾਸ ਅਤੇ ਰੀਤੀ ਰਿਵਾਜ਼ ਵੀ ਲਿਖਿਆ ਹੋਇਆ ਸਕਦਾ, ਧਾਰਮਿਕ ਵਿਸ਼ਵਾਸ ਅਤੇ ਰੀਤੀ ਰਿਵਾਜ਼ ਵੀ ਲਿਖਿਆ ਹੋ ਸਕਦਾ। ਅਤੇ ਸਿੰਧ ਘਾਟੀ ਦੇ ਲੋਕਾਂ ਦਾ ਧਾਰਮਿਕ ਜੀਵਨ ਅਤੇ ਵਿਸ਼ਵਾਸ ਬਾਰੇ ਤੁਸੀਂ ਕੀ ਜਾਣਦੇ ਹੋ? ਇਹ ਸਾਰੇ ਕੁਸ਼ਚਨਸ ਨੇ, ਠੀਕ ਹੈ, ਐਵੇਂ ਕੁਸ਼ਚਨਸ ਆ ਜਿਹੜੇ ਕਿ ਬਣ ਕੇ ਆਉਂਦੇ ਹੁੰਦੇ ਨੇ। ਜਾਂ ਐਵੇਂ ਲਿਖਿਆ ਸਕਦਾ ਵੀ ਸਿੰਧ ਘਾਟੀ ਦੇ ਲੋਕਾਂ ਦਾ ਧਾਰਮਿਕ ਵਿਸ਼ਵਾਸਾਂ ਬਾਰੇ ਜਾਣਕਾਰੀ ਦਿਓ, ਸਪਤਰਿਸ਼ੀ ਅਤੇ ਪਿੱਪਲ ਉੱਪਰ ਜਿਹੜੇ ਕਿ ਸੰਖੇਪ ਨੋਟ ਲਿਖੋ। ਮਤਲਬ ਕਿ ਅਲੱਗ ਤੋਂ ਵੀ ਪੁੱਛ ਸਕਦੇ ਨੇ, ਦੇਵੀ ਮਾਤਾ ਅਤੇ ਸਵਾਸਤਵਿਕ ਉੱਪਰ ਅਲੱਗ ਤੋਂ ਪੁੱਛ ਸਕਦੇ ਨੇ। ਸਵਾਸਤਿਕ ਵਾਲਾ ਜਿਹੜਾ ਕਿ ਸ਼ਾਰਟ ਕੁਸ਼ਚਨ 'ਚ ਵੀ ਇੰਪੋਰਟੈਂਟ ਹੈ ਇਹ ਕੁਸ਼ਚਨ। ਸੋ ਇਹਨਾਂ ਨੂੰ ਸਾਰਿਆਂ ਨੂੰ ਧਿਆਨ ਦੇ ਨਾਲ ਕਰਨੇ ਨੇ ਇਹਨਾਂ ਦੇ ਪੁਆਇੰਟ। ਅਤੇ ਧਾਰਮਿਕ ਵਿਸ਼ਵਾਸ ਪੁੱਛਿਆ ਜਾਵੇ ਚਾਹੇ ਧਾਰਮਿਕ ਜੀਵਨ, ਤਾਂ ਆਂਸਰ ਇਹੀ ਆਉਣਾ। ਤੁਸੀਂ ਦੇਖ ਸਕਦੇ ਹੋ ਕਿ ਕੁਸ਼ਚਨ ਕਿੰਨੇ ਤਰੀਕੇ ਨਾਲ ਜਿਹੜੇ ਕਿ ਲਿਖਿਆ ਹੋਇਆ, ਜਾਂ ਪੂਜਾ ਵਿਧੀਆਂ ਪੁੱਛ ਲੈਣ ਤਾਂ ਵੀ ਇਹੀ ਆਊਗਾ। ਠੀਕ ਹੈ, ਪਹਿਲਾਂ ਇਹਦੀ ਇੰਟਰੋਡਕਸ਼ਨ ਹੋਊਗੀ, ਫਿਰ ਦੇਵੀ ਮਾਤਾ ਦੀ ਪੂਜਾ ਕਰਦੇ ਸੀ ਔਰ ਸ਼ਿਵ ਦੀ ਪੂਜਾ ਕਰਦੇ ਸੀ। ਮੈਂ ਜਸਟ ਬੋਲੂੰਗੀ, ਸਮਝਾਉਂਗੀ, ਤੁਸੀਂ ਖੁਦ ਰੀਡ ਕਰ ਲਿਓ, ਕਿਉਂਕਿ ਈਜ਼ੀ ਹੁੰਦੇ ਨੇ ਇਹ। ਪਸ਼ੂਆਂ ਦੀ ਪੂਜਾ ਕਿਹੜੇ ਕਿਹੜੇ ਦੀ ਕਰਦੇ ਸੀ, ਅਤੇ ਉਸ ਤੋਂ ਬਾਅਦ ਦਰਖਤ ਰੁੱਖ ਕਿਹੜੇ ਕਿਹੜੇ ਪੂਜਦੇ ਸੀ, ਉਹ ਪਿੱਪਲ ਹੋ ਗਿਆ, ਇਸ ਤੋਂ ਇਲਾਵਾ ਨਿੰਮ, ਖਜੂਰ, ਬਾਬੁਲ, ਟਾਹਲੀ, ਇਹ ਵੀ ਜਿਹੜੇ ਇਹਦੀ ਵੀ ਜਿਹੜੀ ਕਿ ਪੂਜਾ ਕਰਦੇ ਸੀ। ਦੈਨ ਸਵਾਸਤਵਿਕ ਦੀ ਪੂਜਾ, ਸ਼ਪਤ੍ਰਿਸ਼ੀ ਦੀ ਪੂਜਾ, ਲਿੰਗ ਅਤੇ ਜੋਨੀ ਦੀ ਪੂਜਾ, ਜਲ ਦੀ ਪੂਜਾ, ਸੱਪਾਂ ਦੀ ਪੂਜਾ, ਠੀਕ ਹੈ, ਜਾਦੂ ਟੂਣਿਆਂ ਵਿੱਚ ਮ੍ਰਿਤਕ ਸੰਸਕਾਰ, ਜਿਹੜੇ ਜਿਹੜੇ ਮੈਂ ਨਾ ਹੈਡਿੰਗ ਨੂੰ ਮਤਲਬ ਕਿ ਟਿੱਕ ਮਾਰਿਆ ਹੋਇਆ, ਇਹ ਹੈਡਿੰਗ ਪੱਕਾ ਕਰਨੇ ਨੇ, ਕਿਉਂਕਿ ਇਹੀ ਤੁਹਾਡੇ ਸ਼ਾਰਟ ਕੁਸ਼ਚਨਾਂ 'ਚ ਜਾਂਦੇ ਨੇ। ਹੁਣ ਜਿਵੇਂ ਮ੍ਰਿਤਕ ਸੰਸਕਾਰ ਪੁੱਛ ਲੈਣ ਸਿੰਧ ਘਾਟੀ ਦੇ ਲੋਕਾਂ ਦਾ, ਅਗਰ ਤੁਸੀਂ ਲੌਂਗ ਦੇ ਵਿੱਚ ਯਾਦ ਕਰਿਆ ਉਹੀ ਤੁਹਾਡਾ 2 ਮਾਰਕਸ ਦੇ ਵਿੱਚ ਚਲਾ ਜਾਊਗਾ, ਹੈ ਨਾ, ਕਿਉਂਕਿ ਤੁਹਾਨੂੰ 6 ਮਾਰਕਸ ਵਾਲੇ ਆਉਣੇ ਨੇ ਅਤੇ 6 ਵਾਲੇ ਆਉਣੇ ਨੇ, 2 ਵਾਲੇ ਆਉਣੇ ਨੇ, ਅਤੇ ਅੱਗੇ ਫਿਰ ਤੁਹਾਨੂੰ ਓਬਜੈਕਟਿਵ ਟਾਈਪ ਐਮ ਸੀ ਕਿਊਜ਼ 1 ਲਾਈਨਰ ਕੁਸ਼ਚਨ ਆਨਸਰ, ਅਤੇ ਉਹਨਾਂ ਦੇ ਵਿੱਚ ਇਹ ਤੁਹਾਡੇ ਸਾਰੇ ਕਵਰ ਹੋ ਜਾਣਗੇ। ਉਸ ਤੋਂ ਅੱਗੇ ਹੈ ਜਿਹੜੇ ਕਿ ਸਵਾਸਤਵਿਕ ਚਿੰਨ੍ਹ, ਇਹ ਜਿਵੇਂ 2 ਮਾਰਕਸ ਦੇ ਵਿੱਚ, ਸਪਤ੍ਰਿਸ਼ੀ ਦੀ ਪੂਜਾ ਇਹ 2 ਮਾਰਕਸ ਦੇ ਵਿੱਚ, ਅਤੇ ਇਸ ਤੋਂ ਇਲਾਵਾ ਕੁਝ ਹੋਰ ਧਾਰਮਿਕ ਇਹਨਾਂ ਦੇ ਵਿੱਚ, ਜਿਵੇਂ ਘੁੱਗੀ ਨੂੰ ਪਵਿੱਤਰ ਮੰਨਦੇ ਸੀ, ਸੂਰਜ ਦੀ ਵੀ ਪੂਜਾ ਕਰਦੇ ਸੀ, ਅਤੇ ਲੋਕਾਂ ਦਾ ਆਤਮਾ ਪਰਮਾਤਮਾ ਵਿੱਚ ਪੂਰਨ ਵਿਸ਼ਵਾਸ ਸੀ। ਠੀਕ ਹੈ, ਉਸ ਤੋਂ ਅੱਗੇ ਅਗਲਾ ਚੈਪਟਰ ਤੁਹਾਡਾ ਆਰੀਆ, ਆਰੀਆ ਸਮਾਜ ਦਾ ਧਾਰਮਿਕ ਜੀਵਨ ਜਾਂ ਪ੍ਰਾਚੀਨ ਆਰੀਆ ਧਾਰਮਿਕ ਵਿਸ਼ਵਾਸ ਕਿਹੜੇ ਸੀ, ਮ੍ਰਿਤਕ ਸੰਸਕਾਰ ਕੀ ਸੀ, ਸਾਰਿਆਂ ਵਿੱਚ ਧਾਰਮਿਕ ਸੰਸਕਾਰ ਕਿਹੜੇ ਸੀ, ਤਾਂ ਸਭ ਦਾ ਆਂਸਰ ਜਿਹੜੇ ਕਿ ਇੱਕੋ ਹੀ ਇਹ ਆ। ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿਹੜੇ ਕਿਹੜੇ ਆਂਸਰ ਨੇ ਧਾਰਮਿਕ ਜੀਵਨ। ਪਹਿਲਾਂ ਸਾਰੇ ਪੁਆਇੰਟ ਹੋ ਗਏ, ਪੂਜਾ ਵਿਧੀਆਂ, ਇਹਦੇ 'ਚ ਪਹਿਲਾਂ ਇੰਟਰੋ ਹੋ ਗਈ, ਇੰਟਰੋ ਬਾਅਦ ਕੁਦਰਤ ਅਤੇ ਕੁਦਰਤੀ ਸ਼ਕਤੀਆਂ ਦੀ ਪੂਜਾ ਕਰਦੇ ਸੀ, ਸਭ ਤੋਂ ਵੱਧ ਇਹ ਵੈਦਿਕ ਦੇਵੀ ਦੇਵਤੇ ਕਿਹੜੇ ਸੀ, ਵਰੁਣ, ਇੰਦਰ, ਜਿੰਨੇ ਤੁਸੀਂ ਇਹਦੇ ਵਿੱਚ ਪੁਆਇੰਟ ਕਰ ਲਓਗੇ ਅਗਨੀ ਸੂਰਜੇ ਹੋਈ ਤੁਹਾਡੇ 2 ਮਾਰਕਸ ਦੇ ਵਿੱਚ ਕੰਮ ਆ ਜਾਣੇ। ਅਤੇ ਵੈਰੀ ਸ਼ਾਰਟ ਦੇ ਵਿੱਚ ਜਿਵੇਂ ਸਪੋਜ਼ ਇੰਦਰ ਦੇਵਤੇ ਦੀ ਪ੍ਰਸ਼ੰਸਾ ਵਿੱਚ ਕਿੰਨੇ ਜਿਹੜੇ ਕਿ ਮੰਤਰ ਨੇ, 250 ਮੰਤਰ ਨੇ, 250,
अग्नि दे प्रशंसा दे विच 200 मंत्रे सारे इत्थे कवर हो जाणगे। रुद्र देवता किहड़ा देवता? हनेरी तूफान दा देवता किहड़ा? रुद्र देवता। ठीक है, सोम देवता किहड़ा? सोम देवते ने मुढ़ले आर्य धार्मिक जीवन विच बहुत ज्यादा महत्ता दी। सोम रस इक अमृत दी तरह समझे, जिस नूं पी के देवते अमर हो जांदे सी ते भेटा किया जाता सी। इस तरह भी ईश्वर विच विश्वास रखते सी। मंत्र ते मूर्ति पूजा दी अनहोद सी, क्योंकि उस समय दे विच कोई मंदिर नहीं सी। मंदिर सॉरी मंत्र नहीं मंदिर मंदिरां ते मूर्ति पूजा दी अनहोद सी। जग ते बलियां करते होंगे सी, बहुत सारे जिहड़े कि जग किए जाते सी। जगां दे विच की खर्चा होंदा सी सारे आ जाते हैं। तो ये बाकी दे भी तुसी जरूर वीडियोज़ वॉच करनिया ने, क्योंकि प्रीवियस एग्जाम दे MCQ सॉल्व किए हुए ने। अगे पितरां की पूजा, मौत उपरंत जीवन दे विच विश्वास, ते मृतकां दा अंतिम संस्कार किवें हुंदा सी, रित ते धर्मन। रित ते धर्मन वाला जिहड़ा कि इह तुहाडा 2 मार्क्स दे विच भी जा सकदा इह क्वेश्चन, क्योंकि इंपोर्टेंट आ रित ते धर्मन। ठीक है, एवें ये 9 पॉइंट हो गए। हुण इस तो अलावा जिहड़े कि अलग कुछ भी पूछा जाण, तां जिवें वरुण ते अग्नि बारे तुसीं लिखो, तुसीं इहदे विच ही तुहाडे सारे कवर हो जाणगे। ठीक है, देवी देवते पूछे जाण तां वी इह जिहड़े कि सारे क्वेश्चन इहदे विच ही कवर हो जाणगे। उस तो अगे महात्मा बुद्ध का जिहड़ा कि धर्म इहनां दा धर्म प्रचार महानिर्वाण इहनां दा सारा इह सारा जिहड़े कि उहदे च जांदे ने क्वेश्चन तुहाडे 2 मार्क्स वालियां च ते वन लाइनर क्वेश्चन आंसर च। हुण लौंग दे विच इन्हां दी सिक्ख्यावां बनदे ने, महात्मा बुद्ध दीआं सिक्ख्यावां। सिक्ख्यावां नूं नैतिक सिक्ख्यावां भी लिखा जा सकदा, बुनियादी सिक्ख्यावां की ने, ये सारा कुछ भी लिखा जा सकदा। बस तुसीं देखणे ने कि टीचिंग्स पुछियां होईयां ने। तां चार पावन सच्चाईयां अलग भी क्वेश्चन बन सकदा। ठीक है, 2 मार्क्स वाला। ते अष्टमार्ग है जिहड़ा, अष्टमार्ग 6 अंकां च भी बन सकदा क्वेश्चन। अष्टमार्ग वाला 6 अंकां च भी क्वेश्चन बन सकदा। ते अगर सिक्ख्यावां ने फिर उहदे विच इह पॉइंट बनदे ने। तो 4 पावन सच्चाईयां ये जिहड़े कि 2 मार्क्स दे विच तां पक्का ही है बनता है, क्योंकि क्वेश्चन यही इंपोर्टेंट ने। अष्टमार्ग जिहदे विच 8 सिद्धांत ने, अष्टमार्ग नूं मध्य मार्ग भी कहा गया। इस तों अलावा कर्म सिद्धांत विच विश्वास, पुनर्जन्म विच विश्वास, अहिंसा, 3 लक्षण, अगे पंचशील वाला भी शॉर्ट च जाता। उही पॉइंट मैंने मार्क किए हुए हैं जिन्हां दे विच अगे भी क्वेश्चन निकलते हैं। 4 असीम सदगुण केड़े सी? ठीक है, जगते वलियां, वैदिक संस्कृति, तपस्या विच अविश्वास। तुसी मतलब कि 8-8 पॉइंट पढ़ने नूं हुण। ठीक है, तां कि तुहाडे सारे कवर हो जाण। अगे बोधि संघ वाला कुछ इन्ना खास नहीं है। अशोक ने बुद्ध धर्म के विकास विच की योगदान दिता? ठीक है, महाराजा अशोक ने निग्गर भूमिका किवें निभाई उहदे बारे चानना पाउणा। बुद्ध धर्म के विकास विच योगदान की पाया? बुद्ध धर्म के विकास बारे चर्चा करनी आ। अशोक के योगदान, अशोक की भूमिका सी? ठीक है, अशोक द्वारा किए गए सेवावां, अशोक ने बुद्ध धर्म के प्रसार लिए कि साधन की वरतों की, बुद्ध धर्म के फैलाओ का वर्णन करो। कुछ भी एवं क्वेश्चन आ जाए तो बुद्ध अशोक के समय बुद्ध धर्म का किवें विकसित होया, तो यह सारे क्वेश्चन का एक ही आंसर बनता। ठीक है, तो अशोक बुद्ध धर्म का सरप्रस्त सी, उन्हें खुद पहला निजी उदाहरण दत्तियां। सब तो पहले उन्होंने पॉइंट याद करने ने, लॉन्ग क्वेश्चन याद करने का ढंग है कि सब तो पहला हैडिंग्स याद करो। बुद्ध धर्म को राज धर्म घोषित करना, प्रशासनिक कदम करने कदम चुके गए। ठीक है, निजी उदाहरण उन्हें खुद इस धर्म को अपनाया सी, व्यापक प्रचार किया, यदा चट्टाना शिलालेखा पत्थर के जिहड़े कि ये सिद्धांत लिखाए गए। उस तो बाद अगे है धर्म यात्रावां शुरू की गई। ठीक है, तो धर्म महामात्र नियुक्ति की गई, विहार के स्तूप निर्माण करवाए गए, लोग भलाई के काम किए गए। तीजी बोधी सभा विदेशों में भी प्रचार किए गए कि संघमित्रा ते महिंद्र जिहड़े कि लड़के नूं भेजा गया, संघमित्रा लड़की सी, श्रीलंका में प्रचार करने लिए भेजा गया सी। ते इहदे विच इही बणदा। ठीक है, बुद्ध धर्म दी देन वाला नहीं, अशोक ने की योगदान पाया, मैं तुहानूं दस रहा जिन्हां हैडिंग बोल रही हूँ मैं। तो गुरुआं वाले चैप्टर चों तां सारे क्वेश्चनस बणदे ने। श्री गुरु नानक देव जी ने सिख्यावां जीवन बारे शॉर्ट के जाएंगे सारे क्वेश्चन। सिक्ख्यावां नूं मुढ़लियां नैतिक सिक्ख्यावां भी लिखा जा सकता। ठीक है, गुरु नानक देव जी ने मानव समाज के विकास हित की उपदेश दत्ते, सदाचार की सिक्ख्यावां की सी,
ਤਾਂ ਪਰਮਾਤਮਾ ਦਾ ਸਰੂਪ, ਪਰਮਾਤਮਾ ਸੰਬੰਧੀ ਜਿਹੜਾ ਸਰੂਪ ਹੈ ਇਹ ਅਲੱਗ ਕੁਸ਼ਚਨ ਹੈ, ਪਰਮਾਤਮਾ ਸੰਬੰਧੀ ਸਰੂਪ ਕੀ ਆ ਅਲੱਗ ਕੁਸ਼ਚਨ ਹੈ, ਇਹ ਸਿੱਖਿਆਵਾਂ 'ਚ ਨਹੀਂ ਆਉਂਦਾ, ਸਿੱਖਿਆਵਾਂ ਦੇ ਵਿੱਚ ਪੁਆਇੰਟ ਹੈ ਇਹ, ਠੀਕ ਹੈ, ਨਾ ਕਿ ਕਿਉਂਕਿ ਕਈ ਵਾਰ ਬੱਚੇ ਕੀ ਲੱਗਦੇ ਨੇ ਸਿੱਖਿਆਵਾਂ ਦੇ ਵਿੱਚ ਆਉਣ ਲਈ ਪਰਮਾਤਮਾ ਸੰਬੰਧੀ ਵਿਚਾਰ ਲਿਖ ਦਿੰਦੇ ਨੇ, ਉਹ ਨਹੀਂ, ਪਰਮਾਤਮਾ ਸੰਬੰਧੀ ਵਿਚਾਰ ਵਾਲਾ ਇੱਕ ਪੁਆਇੰਟ ਬਣਦਾ, ਬਾਕੀ ਪੁਆਇੰਟ ਵੀ ਆਉਂਦੇ ਨੇ ਸਿੱਖਿਆਵਾਂ ਦੇ ਵਿੱਚ। ਅਤੇ ਮਾਇਆ ਕੀ ਸੀ, ਇਹਨਾਂ ਦਾ ਅਲੱਗ ਕੁਸ਼ਚਨ ਵੀ ਬਣਦਾ, ਠੀਕ ਹੈ, ਮਾਇਆ ਕੀ ਹੈ, ਹੋਮੇ ਕੀ ਹੈ, ਪੁਰੋਹਿਤ ਵਰਗ ਦਾ ਖੰਡਨ, ਇਹ ਸਾਰੇ ਅਲੱਗ ਕੁਸ਼ਚਨ ਵੀ ਬਣਦੇ ਨੇ 2 ਮਾਰਕਸ ਵਾਲੇ। ਜਾਤੀ ਪ੍ਰਥਾ ਦਾ ਖੰਡਨ ਕੀਤਾ ਅਤੇ ਮੂਰਤੀ ਪੂਜਾ ਦਾ ਖੰਡਨ ਕੀਤਾ, ਖੋਖਲੇ ਰੀਤੀ ਰਿਵਾਜ਼ਾਂ ਦਾ ਖੰਡਨ ਕੀਤਾ, ਇਸਤਰੀਆਂ ਨੂੰ ਮਾੜੇ ਸਲੂਕ ਦਾ ਖੰਡਨ ਕੀਤਾ, ਨਾਮ ਦਾ ਜਾਪ ਕਰਨ ਦਾ ਉਪਦੇਸ਼ ਦਿੱਤਾ, ਗੁਰੂ ਦਾ ਮਹੱਤਵ, ਗੁਰੂ ਬਾਰੇ ਕੀ ਵਿਚਾਰ ਦਿੱਤੇ, ਠੀਕ ਹੈ, ਅਤੇ ਹੁਕਮ ਭਾਣਾ ਮੰਨਣਾ ਚਾਹੀਦਾ ਆਪਾਂ ਨੂੰ, ਸੱਚਖੰਡ, ਅਤੇ ਇੱਕ ਗੁਰੂਆਂ ਵਾਲਾ ਚਾਰਟ ਜ਼ਰੂਰ ਦੇਖਿਓ, ਉਹਦੇ ਵਿੱਚ ਸਾਰੇ ਤੁਹਾਡੇ ਕਵਰ ਹੋ ਜਾਣਗੇ, ਗੁਰੂ ਦਾ ਮਹੱਤਵ। ਅੱਗੇ ਸ਼੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਸਿੱਖ ਧਰਮ ਦੇ ਵਿੱਚ ਯੋਗਦਾਨ, ਜਾਂ ਗੁਰੂ ਅੰਗਦ ਦੇਵ ਜੀ ਦਾ ਜੀਵਨ ਅਤੇ ਸਫਲਤਾਵਾਂ ਦਾ ਵਰਣਨ ਕਰੋ, ਜਾਂ ਉਹਨਾਂ ਦੇ ਜਿਹੜੇ ਕੀ ਸਿੱਖ ਪੰਥ ਦੇ ਵਿਕਾਸ ਵਿੱਚ ਉਹਨਾਂ ਨੇ ਯੋਗਦਾਨ ਪਾਇਆ, ਕੀ ਕਾਰਜ ਕੀਤੇ, ਤਾਂ ਸਾਰੇ ਕੁਸ਼ਚਨਾਂ ਦੇ ਇੱਕੋ ਆਨਸਰ, ਗੁਰਮੁਖੀ ਲਿਪੀ ਨੂੰ ਹਰਮਨ ਪਿਆਰਾ ਬਣਾਇਆ, ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਬਾਣੀ ਦਾ ਸੰਗ੍ਰਹਿ ਕੀਤਾ, ਅਤੇ ਲੰਗਰ ਅਤੇ ਸੰਗਤ ਪ੍ਰਥਾ ਦਾ ਵਿਸਥਾਰ, ਠੀਕ ਹੈ, ਦੋਨਾਂ ਦਾ, ਅਤੇ ਉਦਾਸੀ ਮਤ ਦਾ ਖੰਡਨ ਕੀਤਾ, ਸਿੱਖ ਮਤ ਵਿੱਚ ਅਨੁਸ਼ਾਸਨ ਕਾਇਮ ਕੀਤਾ, ਸੱਤਾ ਅਤੇ ਬਲਵੰਡ ਵਾਲਾ, ਇਹਨਾਂ ਦੇ ਸਾਰੇ ਪੁਆਇੰਟ ਇਹ ਉਹਨਾਂ 'ਚ ਵੀ ਬਣਦੇ ਨੇ 2 ਮਾਰਕਸ ਵਾਲਿਆਂ 'ਚ। ਖਡੂਰ ਸਾਹਿਬ ਦੇ ਵਿੱਚ ਅਖਾੜਾ ਬਣਾਇਆ, ਅਤੇ ਦੈਨ ਉਸ ਤੋਂ ਬਾਅਦ ਗੋਇੰਦਵਾਲ ਸਾਹਿਬ ਦੀ ਸਥਾਪਨਾ, ਹਿਮਾਯੂ ਨਾਲ ਮੁਲਾਕਾਤ, ਉੱਤਰਾਧਿਕਾਰੀ ਦੀ ਨਾਮਜ਼ਦਗੀ, ਠੀਕ ਹੈ, ਅਤੇ ਗੁਰੂ ਅੰਗਦ ਦੇਵ ਜੀ ਦੇ ਅੱਗੇ ਸਫਲਤਾ ਦਾ ਮੁਲਾਂਕਣ, ਦੈਨ ਉਸ ਤੋਂ ਬਾਅਦ ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਅਮਰਦਾਸ ਜੀ ਦੇ ਜਿਹੜੇ ਕਿ ਇਹਨਾਂ ਦਾ ਵੀ ਯੋਗਦਾਨ, ਅਤੇ ਜਿਹੜੇ ਇਹਨਾਂ ਦੇ ਔਕੜਾਂ ਵਾਲਾ ਉਹ ਤੁਸੀਂ 2 ਮਾਰਕਸ ਵਾਲਿਆਂ 'ਚ ਰੀਡ ਕਰਨਾ। ਆਪਾਂ ਇਸ ਵੀਡੀਓ ਦੇ ਵਿੱਚ ਸਿਰਫ ਓਨਲੀ 6 ਮਾਰਕਸ ਵਾਲਿਆਂ ਦੇ ਵਿੱਚੋਂ ਜਿਹੜੇ ਮੇਨ ਮੇਨ ਇੰਪੋਰਟੈਂਟ ਕੁਸ਼ਚਨ ਨੇ ਉਹ ਕਰ ਰਹੇ ਹਾਂ। ਗੁਰੂ ਅਮਰਦਾਸ ਜੀ ਦੇ ਸਿੱਖ ਪੰਥ ਦੇ ਵਿਕਾਸ ਵਿੱਚ ਕੀ ਯੋਗਦਾਨ ਆ, ਜਾਂ ਕੀ ਭੂਮਿਕਾ ਨਿਭਾਈ ਹੈ ਸ਼੍ਰੀ ਗੁਰੂ ਅਮਰਦਾਸ ਜੀ ਨੇ ਸਿੱਖ ਪੰਥ ਦੇ ਵਿਕਾਸ ਦੇ ਲਈ, ਕੀਤੀਆਂ ਗਈਆਂ ਸੇਵਾਵਾਂ, ਦੇਣ, ਸਾਰੇ ਕੁਸ਼ਚਨਾਂ ਦਾ ਇੱਕੋ ਹੀ ਆਨਸਰ ਆ, ਕਾਰਜ, ਗੋਇੰਦਵਾਲ ਸਾਹਿਬ ਦਾ ਗੋਇੰਦਵਾਲ ਦੇ ਵਿੱਚ ਬੋਲ ਦਾ ਨਿਰਮਾਣ ਕਦੋਂ ਤੋਂ ਕਦੋਂ ਤੱਕ ਸੰਪੂਰਨ ਹੋਇਆ, ਠੀਕ ਹੈ, ਸਾਰਾ ਦੇਖਣਾ, ਲੰਗਰ ਪ੍ਰਥਾ ਦਾ ਵਿਸਥਾਰ, ਬਾਣੀ ਦਾ ਸੰਗ੍ਰਹਿ, ਮੰਜੀ ਪ੍ਰਥਾ, ਉਦਾਸੀ ਮਤ ਦਾ ਖੰਡਨ, ਸਮਾਜਿਕ ਸੁਧਾਰ, ਅਕਬਰ ਦਾ ਗੋਇੰਦਵਾਲ ਸਾਹਿਬ ਦੇ ਵਿੱਚ ਆਉਣਾ, ਠੀਕ ਹੈ, ਦੈਨ ਉਸ ਤੋਂ ਬਾਅਦ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰ, ਠੀਕ ਹੈ, ਇਹਨੂੰ ਵੀ ਰੀਡ ਕਰਨਾ ਇੱਕ ਵਾਰ, ਕਿਉਂਕਿ ਇਹ ਵੀ ਜਿਹੜੇ ਕਿ 6 ਮਾਰਕਸ ਵਾਲਿਆਂ ਦੇ ਲਈ ਆ ਸਕਦਾ, ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰ ਇੰਪੋਰਟੈਂਟਾਂ ਦੇ ਵਿੱਚ ਹੀ ਆਉਂਦਾ ਇਹ ਕੁਸ਼ਚਨ। ਦੈਨ ਉਸ ਤੋਂ ਬਾਅਦ ਅੱਗੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਅਤੇ ਸਫਲਤਾਵਾਂ, ਜਾਂ ਉਹਨਾਂ ਦਾ ਯੋਗਦਾਨ, ਸ਼੍ਰੀ ਗੁਰੂ ਰਾਮਦਾਸ ਜੀ ਸੋਢੀ ਜਾਤੀ ਦੇ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਸ਼੍ਰੀ ਗੁਰੂ ਰਾਮਦਾਸ ਜੀ, ਅਤੇ ਇਹਨਾਂ ਦਾ ਸ਼੍ਰੀ ਗੁਰੂ ਰਾਮਦਾਸ ਜੀ ਸਿੱਖ ਪੰਥ ਦੇ ਵਿਕਾਸ ਵਿੱਚ ਯੋਗਦਾਨ, ਅੱਗੇ ਇਹਨਾਂ ਦਾ ਜੀਵਨ ਵੇਰਵਾ ਤਾਂ ਹਰ ਇੱਕ ਤੁਸੀਂ ਗੁਰੂ ਦਾ ਕਰਨਾ ਹੀ ਕਰਨਾ, ਕਿਉਂਕਿ ਤੁਹਾਡੇ ਸ਼ਾਰਟ ਕੁਸ਼ਚਨਾਂ ਦੇ ਲਈ, ਠੀਕ ਆ, ਆਪਾਂ ਸਿਰਫ ਲੌਂਗ ਕਰ ਰਹੇ ਹਾਂ, ਇਹਨਾਂ ਦੇ ਵਿੱਚ ਕੀ ਯੋਗਦਾਨ ਪਾਇਆ, ਰਾਮਦਾਸਪੁਰਾ ਦੀ ਸਥਾਪਨਾ, ਮਸੰਦ ਪ੍ਰਥਾ ਦੀ ਸਥਾਪਨਾ, ਉਦਾਸੀਆਂ ਨਾਲ ਸਮਝੌਤਾ, ਕੁਝ ਹੋਰ ਕਾਰਜ ਜਿਵੇਂ 679 ਸ਼ਬਦਾਂ ਰਚਨਾ ਕੀਤੀ, ਲਾਮਾ ਦੀ ਰਚਨਾ ਕੀਤੀ, ਅਕਬਰ ਨਾਲ ਮਿੱਤਰਤਾਪੂਰਨ ਸੰਬੰਧ, ਉੱਤਰਾਧਿਕਾਰੀ ਦੀ ਨਿਯੁਕਤੀ, ਠੀਕ ਹੈ, ਉਸ ਤੋਂ ਬਾਅਦ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਪੰਥ ਦੇ ਵਿਕਾਸ ਵਿੱਚ ਕੀ ਯੋਗਦਾਨ ਰਿਹਾ, ਇਹ ਵਾਲੇ, ਠੀਕ ਹੈ, ਸਿੱਖ ਪੰਥ ਦੇ ਵਿਕਾਸ ਨੂੰ ਕੀ ਦੇਣ ਦਿੱਤੀ ਹੈ, ਇਹ ਵਾਲੇ ਪੁਆਇੰਟ ਆ ਜਾਣਗੇ ਸਾਰੇ। ਗੋਇੰਦਵਾਲ ਹਰਿਮੰਦਰ ਸਾਹਿਬ ਦਾ ਨਿਰਮਾਣ ਹੋ ਗਿਆ, ਤਰਨ ਤਾਰਨ ਸਾਹਿਬ ਦੀ ਸਥਾਪਨਾ ਹੋ ਗਈ, ਕਰਤਾਰਪੁਰ ਅਤੇ ਹਰਗੋਬਿੰਦਪੁਰਾ ਦੀ ਸਥਾਪਨਾ ਹੋ ਗਈ, ਲਾਹੌਰ ਵਿੱਚ ਬੌਲੀ ਦਾ ਨਿਰਮਾਣ ਹੋ ਗਿਆ, ਅਤੇ ਇਸ ਤੋਂ ਇਲਾਵਾ ਮਸੰਦ ਪ੍ਰਥਾ ਦਾ ਵਿਕਾਸ ਹੋ ਗਿਆ, ਆਦਿ ਗ੍ਰੰਥ ਸਾਹਿਬ ਦਾ ਸੰਕਲਨ, ਘੋੜਿਆਂ ਦਾ ਵਪਾਰ, ਅਕਬਰ ਨਾਲ ਮਿੱਤਰਤਾਪੂਰਨ ਸੰਬੰਧ, ਠੀਕ ਹੈ, ਉੱਤਰਾਧਿਕਾਰੀ ਦੀ ਨਿਯੁਕਤੀ, ਗੁਰੂ ਅਰਜਨ ਦੇਵ ਦੀ ਸਫਲਤਾ ਨੂੰ ਮੁਲਾਂਕਣ, ਉਸ ਤੋਂ ਬਾਅਦ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ, ਅਤੇ ਇਸ ਤੋਂ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦੇ ਕਾਰਨ, ਦੋਨਾਂ ਗੁਰੂਆਂ ਦੀ ਸ਼ਹੀਦੀਆਂ ਦੇ ਕਾਰਨ ਕਰਨੇ ਹੀ ਕਰਨੇ ਨੇ ਪੱਕੇ, ਇਹ ਜਿੰਨੇ ਮੈਂ ਕੁਸ਼ਚਨ ਦੱਸ ਰਹੀ ਤੁਸੀਂ ਸਾਰੇ ਕਰਨੇ, ਕਿਉਂਕਿ ਮੈਂ ਪਹਿਲਾਂ ਹੀ ਸਿਲੈਕਟਡ ਕੁਸ਼ਚਨ ਲਏ ਨੇ, ਪਹਿਲਾਂ ਹੀ ਇੰਪੋਰਟੈਂਟ ਕੁਸ਼ਚਨ ਚੱਕੇ ਨੇ।
ਸ਼ਹੀਦੀ ਦੇ ਕਾਰਨ, ਜਹਾਂਗੀਰ ਧਾਰਮਿਕ ਅੱਟੜਾ ਸਿੱਖ ਪੰਥ ਦਾ ਵਿਕਾਸ ਦੇ ਪ੍ਰਿਥੀ ਚੰਦ ਦੀ ਦੁਸ਼ਮਣੀ, ਠੀਕ ਹੈ, ਨਕਸ਼ਬੰਦੀ ਚੰਦੂ ਸ਼ਾਹ ਦੀ ਦੁਸ਼ਮਣੀ, ਇਹ ਸਾਰੇ ਸ਼ਾਰਟ ਦੇ ਵਿੱਚ ਜਾਂਦੇ ਨਾਲ ਗ੍ਰੰਥ ਸਾਹਿਬ ਦਾ ਸੰਕਲਨ, ਖੁਸਰੋ ਦੀ ਸਹਾਇਤਾ, ਸ਼ਹਾਦਤ ਕਿਵੇਂ ਹੋਈ ਅਤੇ ਸ਼ਹਾਦਤ ਦੀ ਕੀ ਮਹੱਤਤਾ ਨਿਕਲੀ, ਕੀ ਇੰਪੋਰਟੈਂਟਸ ਨਿਕਲੀ, ਠੀਕ ਹੈ, ਸਿੱਟੇ ਵੀ ਲਿਖੇ ਜਾ ਸਕਦੇ ਨੇ ਵੀ ਕੀ ਸਿੱਟੇ ਨਿਕਲੇ ਸ਼ਹਾਦਤ ਦੇ। ਉਸ ਤੋਂ ਬਾਅਦ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਇਹਨਾਂ ਦੀ ਨਵੀਂ ਨੀਤੀ ਦੀਆਂ ਵਿਸ਼ੇਸ਼ਤਾਵਾਂ, ਜਿਹਨੂੰ ਮੀਰੀ ਪੀਰੀ ਵੀ ਲਿਖਿਆ ਜਾ ਸਕਦਾ, ਕੁਸ਼ਚਨ ਕਈ ਵਾਰ ਐਂ ਪਾਇਆ ਜਾਂਦਾ ਕਿ ਮੀਰੀ ਪੀਰੀ ਦੀ ਵਿਆਖਿਆ ਕਰੋ, ਤਾਂ ਇਹਦੇ ਵਿੱਚ ਨਵੀਂ ਨੀਤੀ ਦੀਆਂ ਵਿਸ਼ੇਸ਼ਤਾਵਾਂ ਵਾਲੇ ਪੁਆਇੰਟ ਆਉਣਗੇ। ਸਿੱਖ ਲਹਿਰ ਨੂੰ ਕੀ ਦੇਣ ਦਿੱਤੀ, ਜੇ ਵੀ ਪੁੱਛ ਸਕਦੇ ਨੇ, ਠੀਕ ਹੈ, ਐਵੇਂ ਕੁਸ਼ਚਨ, ਮਤਲਬ ਕਿ ਕੁਸ਼ਚਨ ਨੂੰ ਕਿਵੇਂ ਮਰਜ਼ੀ ਘੁਮਾਇਆ ਜਾ ਸਕਦਾ, ਸੰਤ ਸਿਪਾਹੀ ਕਿਵੇਂ ਬਦਲੇ, ਮੀਰੀ ਪੀਰੀ ਦੀਆਂ ਵਿਸ਼ੇਸ਼ਤਾਵਾਂ, ਠੀਕ ਹੈ, ਪਹਿਲਾਂ ਮੀਰੀ ਪੀਰੀ ਕਿਉਂ ਧਾਰਨ ਕੀਤੀ, ਨਵੀਂ ਨੀਤੀ ਕਿਉਂ ਧਾਰਨ ਕੀਤੀ, ਇਹਦੇ ਕਾਰਨ, ਦੈਨ ਨਵੀਂ ਨੀਤੀ ਦੀਆਂ ਵਿਸ਼ੇਸ਼ਤਾਵਾਂ, ਇਹਦੇ ਵਿੱਚ ਸਾਰੇ ਪੁਆਇੰਟ ਆ ਜਾਂਦੇ, ਅਕਾਲ ਤਖਤ ਸਾਹਿਬ ਦੀ ਉਸਾਰੀ, ਸੈਨਾ ਦਾ ਸੰਗਠਨ, ਸ਼ਾਸਤਰ ਦੇ ਘੋੜੇ, ਠੀਕ ਹੈ, ਸਾਰੇ ਪੁਆਇੰਟ ਪਿੱਛੇ ਆ ਜਾਂਦੇ ਨੇ। ਰਾਜਸੀ ਚਿੰਨ੍ਹ ਅਪਣਾਉਣੇ, ਅੰਮ੍ਰਿਤਸਰ ਦੀ ਕਿਲੇਬੰਦੀ, ਅਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ ਕਾਰਨ, ਸ਼ਹੀਦੀ ਕਿਸ ਤਰ੍ਹਾਂ ਹੋਈ, ਠੀਕ ਹੈ, ਅਤੇ ਸ਼ਹਾਦਤ ਦੀ ਮਹੱਤਤਾ, ਸਿਗਨੀਫਿਕੈਂਸ, ਅਤੇ ਉਸ ਤੋਂ ਬਾਅਦ ਖਾਲਸਾ ਪੰਥ ਦੀ ਸਥਾਪਨਾ ਦੇ ਕਾਰਨ, ਸਿਰਜਣਾ ਦੇ, ਠੀਕ ਹੈ, ਕੀ ਕਾਰਨ, ਗੁਰੂ ਜੀ ਨੇ ਕਿਉਂ ਖਾਲਸਾ ਪੰਥ ਸਿਰਜਿਆ, ਖਾਲਸਾ ਪੰਥ ਦੇ ਸਿਧਾਂਤ, ਇਹ ਤਾਂ ਮੇਨ ਹੀ ਕੁਸ਼ਚਨ ਬਣਦੇ ਨੇ, ਠੀਕ ਹੈ, ਖਾਲਸਾ, ਕਿਉਂਕਿ ਇਹ ਕੁਸ਼ਚਨ ਬਹੁਤ ਵਾਰ ਰਿਪੀਟ ਹੋਏ ਹੋਏ ਨੇ, ਖਾਲਸਾ ਪੰਥ ਦੀ ਸਿਰਜਣਾ ਦੇ ਕਾਰਨ, ਖਾਲਸਾ ਪੰਥ ਦੇ ਸਿਧਾਂਤ, ਇਹ ਕੁਸ਼ਚਨ ਪੱਕੇ ਤੌਰ 'ਤੇ ਯਾਦ ਕਰਨਾ, ਕਿਉਂਕਿ ਇਹ ਕੁਸ਼ਚਨ ਬਹੁਤ ਵਾਰ ਰਿਪੀਟ ਹੋਇਆ ਹੈ ਪਿਛਲੇ, ਤੁਸੀਂ ਤੁਹਾਡੇ ਕੋਲ ਹੈਲਪ ਬੁੱਕ ਹੋਣੀ, ਤੁਸੀਂ ਉਹਦੇ ਬੈਕਸਾਈਡ 'ਤੇ ਦੇਖੋ, ਉਹਨਾਂ ਦੇ ਵਿੱਚ ਪਿਛਲੇ ਈਅਰ ਦੇ ਵਿੱਚ ਜਿਹੜੇ ਕਿ ਕੁਸ਼ਚਨਸ ਪੇਪਰ ਦਿੱਤੇ ਵੀ ਹੁੰਦੇ ਨਾ, ਉਹਨਾਂ ਦੇ ਪਿੱਛੇ ਬਹੁਤ ਵਾਰ ਕੁਸ਼ਚਨ ਆਇਆ ਹੋਇਆ। ਅਤੇ ਲਾਸਟ ਈਅਰ ਟਰਮ 2 ਦੇ ਜਿਹੜੇ ਕਿ ਸੈਂਪਲ ਪੇਪਰ 'ਚ ਵੀ ਆਇਆ ਹੋਇਆ ਸੀ, ਖਾਲਸਾ ਪੰਥ ਦੀ ਸਥਾਪਨਾ ਦੇ ਕੀ ਕਾਰਨ ਸੀ, ਅਤੇ ਸਿਰਜਣਾ ਕਿਵੇਂ ਕੀਤੀ ਗਈ, ਅਤੇ ਖਾਲਸਾ ਪੰਥ ਦੇ ਸਿਧਾਂਤ, 2 ਮਾਰਕਸ ਵਾਲਿਆਂ 'ਚ ਵੀ ਜਾ ਸਕਦਾ, ਠੀਕ ਹੈ। ਖਾਲਸਾ ਪੰਥ ਦੀ ਸਾਜਨਾ ਦੇ ਮਹੱਤਵ, ਅਤੇ ਉਸ ਤੋਂ ਬਾਅਦ ਅੱਗੇ ਕੁਸ਼ਚਨ ਬਣਦੇ ਨੇ ਤੁਹਾਡੇ, ਚਾਰ ਵੇਦ, ਠੀਕ ਹੈ, ਚਾਰਾਂ ਵੇਦਾਂ ਬਾਰੇ ਤੁਸੀਂ ਜਾਣਕਾਰੀ ਪੜ੍ਹਨੀ ਹੈ, ਚਾਰ ਵੇਦ ਕੀ ਨੇ, ਵੇਦ ਦਾ ਅਰਥ ਕੀ ਹੈ, ਚਾਰੇ ਵੇਦ ਦਾ, ਕਿਉਂਕਿ ਇਹ ਤੁਹਾਨੂੰ ਸ਼ੋਰਟ ਲਈ ਵੀ ਬਹੁਤ ਇੰਪੋਰਟੈਂਟ ਹੋਣਗੇ ਜਿਹੜੇ ਵੀ ਸਾਰੇ ਕੁਸ਼ਚਨਸ ਨੇ ਇਹ, ਠੀਕ ਹੈ। ਅਤੇ ਇਹਨਾਂ ਵੇਦ ਸਰਵ ਉੱਚ ਸਥਾਨ ਆ, ਚਾਰ ਵੇਦ ਨੇ, ਰਿਸ਼ੀ ਵੇਦ ਵਿਆਸ ਨੇ ਇਹਨਾਂ ਦੀ ਵੰਡ ਕੀਤੀ ਆ, ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵੇਦ, ਵੇਦਾਂ, ਅਥਰਵੇਦ ਨੂੰ ਵੇਦਾਂ ਦੀ ਗਿਣਤੀ ਵਿੱਚ ਸਭ ਤੋਂ ਬਾਅਦ ਦੇ ਵਿੱਚ ਸ਼ਾਮਿਲ ਕੀਤਾ ਗਿਆ, ਸਭ ਤੋਂ ਪਹਿਲਾਂ ਕਿਹੜਾ ਰਿਗਵੇਦ, ਸਭ ਤੋਂ ਬਾਅਦ ਦੇ ਵਿੱਚ ਅਥਰਵੇਦ, ਅਤੇ ਪਹਿਲੇ 3 ਵੇਦਾਂ ਨੂੰ ਕੀ ਕਿਹਾ ਜਾਂਦਾ, ਤਰਈ, ਠੀਕ ਹੈ, ਇਹ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਗਏ ਨੇ, ਇਹਨਾਂ ਬਾਰੇ ਸਾਰਿਆਂ ਬਾਰੇ ਐਵੇਂ ਯਾਦ ਕਰਨਾ, ਕਿਉਂਕਿ ਪਹਿਲੇ 3 ਵੇਦਾਂ ਦੀ ਰਚਨਾ ਹੋਈ, ਇਸ ਲਈ ਇਹਨਾਂ ਨੂੰ ਤ੍ਰਿਵੇਦੀ ਵੀ ਕਿਹਾ ਜਾਂਦਾ। ਅਤੇ ਵੇਦ ਸ਼ਬਦ ਦਾ ਵਿਦ ਧਾਤੂ ਤੋਂ ਬਣਿਆ, ਜਿਹਦਾ ਅਰਥ ਹੁੰਦਾ ਗਿਆਨ ਜਾਂ ਜਾਣਨਾ, ਵੇਦਾਂ ਨੂੰ ਸ਼ਰੂਤੀ ਵੀ ਕਿਹਾ ਜਾਂਦਾ। ਰਿਗਵੇਦ, ਇਹਨਾਂ ਦੇ ਵਿੱਚ ਕਿੰਨੇ ਮੰਤਰ ਨੇ, ਠੀਕ ਹੈ, ਕਿਹਦੇ ਬਾਰੇ, ਕਿੰਨੇ ਦੇਵੀ ਦੇਵਤਿਆਂ ਬਾਰੇ ਦੱਸਿਆ ਗਿਆ, ਇਹਦੇ ਵਿੱਚ ਕਿਹੜੇ ਦੇਵਤੇ ਦੀ ਪ੍ਰਸ਼ੰਸਾ 'ਚ ਕਿੰਨੇ ਸ਼ਬਦ ਨੇ, ਇਹਨਾਂ ਨੂੰ ਹੋਰ ਕੀ ਕਿਹਾ ਜਾਂਦਾ, ਇਹਨਾਂ ਦੇ, ਠੀਕ ਹੈ, ਉਪਵੇਦ ਕਿਹੜੇ ਨੇ, ਸਾਰਾ ਕੁਛ ਰੀਡ ਕਰ ਲੈਣ ਚੰਗੇ ਤਰੀਕੇ ਨਾਲ ਚਾਰੋਂ ਵੇਦਾਂ ਬਾਰੇ। ਇਸ ਤੋਂ ਇਲਾਵਾ ਇਹਨਾਂ 'ਚ ਮੇਨ ਬਣਦੇ ਨੇ ਇਹਨਾਂ 'ਚੋਂ ਰਾਜੇ ਮੇਨ ਇੱਕ ਕੁਸ਼ਚਨ ਬਣਦੇ ਨੇ, ਇੱਕ ਪੁਰਾਣ, ਇੱਕ ਤਾਂ ਰਿਗਵੇਦ ਦਾ ਵਿਸ਼ਾ ਵਸਤੂ ਵੀ ਕਰਨਾ, ਠੀਕ ਹੈ, ਰਿਗਵੇਦ ਦੇ ਵਿੱਚ ਕਿਹੜੇ ਕਿਹੜੇ ਮੰਤਰਾਂ ਬਾਰੇ ਕੀ ਕੁਛ ਦੱਸਿਆ ਗਿਆ, ਤਾਂ ਇਹਦੇ ਵਿੱਚ ਇਹਦਾ ਵਿਸ਼ਾ ਵਸਤੂ ਕੀ ਹੈ, ਰਿਗਵੇਦ ਅੰਤਿਮ ਅਧਿਆਤਮਿਕ ਖੇਤਰ ਵਿੱਚ ਵੇਦਾਂ ਦੀ ਕੀ ਮਹੱਤਤਾ, ਕੁਛ ਵੀ ਐਵੇਂ ਪੁੱਛਿਆ ਜਾਵੇ ਤਾਂ ਇਹਨਾਂ ਦਾ ਇਹੀ ਆਨਸਰ ਆਊਗਾ। ਬਹੁ ਦੇਵਵਾਦ ਕੀ ਹੈ, ਇੱਕ ਦੇਵਵਾਦ ਕੀ ਹੈ, ਸਰਵਵੇਦਵਾਦ ਕੀ ਹੈ, ਜੱਗ ਅਤੇ ਬਲੀਆਂ ਕੀ ਨੇ, ਇਹਨਾਂ ਦੇ ਵਿੱਚੋਂ ਸਾਰਿਆਂ 'ਚੋਂ ਸ਼ੋਰਟ ਕੁਸ਼ਚਨ ਨਿਕਲਦੇ ਨੇ। ਆਤਮਾ ਕੀ ਹੈ, ਬ੍ਰਹਮ ਕੀ ਹੈ, ਪਿੱਤਰਾਂ ਦੀ ਪੂਜਾ,
देन उस तो बाद अगे रीत ते धर्मन इत्थे भी आ गया ठीक है उही क्वेश्चन कर्म ते अवगण की है स्वर्ग ते नरक मोक्ष की है पुरश सुक्त की है उस तो बाद प्राण प्राणा ला भी बहुत इंपॉर्टेंट है क्वेश्चन ठीक है बाकी मैं तुहानूं ए ए बी सी ए कंटेंट दस दी हां इहदे अकॉर्डिंग तुसीं अपने क्वेश्चन प्रिपेयर करने ने भी ए पोर्शन च किहड़े किहड़े चैप्टर आउंदे ने बी च किहड़े किहड़े आउंदे ने सी च किहड़े किहड़े आउंदे ने ते ए दे विचों किन्ने क्वेश्चन आउणगे बी चों किन्ने आउणगे मैं तुहाडे नाल शेयर करदी हां जस्ट ठीक है ये विचों प्राण प्राणा दे कुछ भी प्राणा बारे क्वेश्चन आवे तुसीं यही आंसर करना प्राण तो की भाव आ अलग अलग प्राणा बारे दसना जां हिंदू धर्म विच की महत्ता इहनां दी प्रमुख प्राण किहड़े ने ठीक है प्राणा दी गिनती किन्नी है 18 प्राण ने प्राण साहित तो इन्हों तीन भागों में वंडिया गया किहड़े किहड़े प्राण ने यह ठीक है प्राण तो भाव की आ प्राचीन संस्कृत भाषा में लिखे गए हैं कदों लिखे गए ना बारे कुछ अपन कोई जिहड़ी कि डेट नहीं मिलती हैगी यह किसी एक सदी की रचना नहीं हैगी ठीक है इन्हां दे विच हुण ब्रह्मा प्राण पद्म प्राण विष्णु प्राण किहड़े किहड़े ने यह अगे ये तुसी सारे रीड करने ने ठीक है थोड़ा थोड़ा वेरवे इन्हां दे मतलब कि इन्हां दे नाम तो पक्के याद होने चाहिए ने फिर अगे तुसी इन्हां दी व्याख्या थोड़ी थोड़ी कर सकते हो लोंग क्वेश्चनां दे विच ठीक है हुण इहदे विच तुसी ऐ नहीं कर सकते हैं भी इहदे विच 6 पॉइंट क्योंकि प्राण किन्ने टोटल गिनती उन्नी ही याद करनी पैनी है उस तो बाद अगे प्राण का महत्व की है ठीक है प्राणा का महत्व उपनिषद की है उपनिषदा बारे उपनिषदा का विषय वस्तु की है उपनिषदा विच किहड़े किहड़े सिख्यावां दित्तियां गईयां ने जां की सिद्धांत ने तां सारयां दे इक्को आंसर आऊगा किहड़ी किहड़ी जानकारी है उपनिषद ठीक है उपनिषद तों भाव आ उप तों भाव हुंदा कि नी तों भाव है नेड़े ठीक है नेड़े नी तों भाव आ श्रद्धा भावना सद तों भाव आ बैठना भी नेड़े श्रद्धा भावना नाल नेड़े बैठना तो 108 ने यह ठीक है इन्हां विच किहड़े कि सिख्यावां किहड़े किहड़े दित्तियां गईयां जां की सिद्धांत ने आत्मा का स्वरूप की है सृष्टि की रचना आत्मा अभेदता ब्रह्म ज स्वरूप ब्रह्म का स्वरूप ठीक है ये सारे इन्हां दे अगे हैडिंग्स ने तुसीं वीडियो नूं स्क्रॉल ठीक है पाउज करके अपना ध्यान दे नाल इन्हां दे स्क्रीनशॉट लैके भी तुसीं पढ़ सकदे हो जां वीडियो नूं पाउज कर करके भी तुसीं रीड कर सकदे हो उस तो बाद धर्म शास्त्रां वाला भी रीड कर सकते हो ठीक है बट ये प्राण उपनिषद ते ऋग्वेद का विषय वस्तु ऋग्वेद चार वेद ये चार ही क्वेश्चन मेन बनते हैं मनु स्मृति शॉर्ट के जाते हैं सारे ठीक है वैसे इन एक बार जस्ट रीड जरूर करना स्मृतियों वाले उस तो बाद आदि ग्रंथ साहिब जी के संपादना बारे तुसी की जानते हो आदि ग्रंथ साहिब जी की संपादना कला ते प्रकाश पाओ जां चानना पाओ कदों किवें कित्थे कदों कीता गया ठीक है आदि ग्रंथ साहिब जी का संकलन इन्हां बारे सारे क्वेश्चनां दा इक्को ही आंसर बनता है ये भी बहुत इंपॉर्टेंट है क्योंकि तुहाडे मैं तुहानूं दस रही बार बार कि तीन उहदे जिहड़े कि पार्ट्स बने हुए ने इहदे विच ऐ नहीं करना है कि पहले पंज पढ़ लो जां अगला एवें नहीं करना क्योंकि इहदे ए बी सी तीन पोर्शन बने हुए ने तां आदि ग्रंथ साहिब दी जिहड़े कि स्थापना संकलन संपादना ते संकलन भाई गुरदास जी तों जिहड़ी कि लिखवाया गया ते किन्ने गुरु साहिबाना दी बाणी है किन्ने भगतां दी किन्ने सूफी संतां दी किन्ने भट्टां दी ठीक है किन्ने गुरु घर दे सेवक ने चार उहनां दी बाणी दर्ज है ते बाबा बुड्ढा जी नूं पहले ग्रंथी बनाया गया सी ते हरिमंदर साहिब दे विच पहला प्रकाश 1604 दे विच कीता गया सी संपादन कला संकलन दी लोड़ क्यों पई ये भी दो टू मार्क्स वालियां च भी क्वेश्चन जांदे ने इह फिर बाणी नूं इकट्ठा करना आदि ग्रंथ साहिब जी का संकलन ते आदि ग्रंथ साहिब विच योग देने वाले सिख गुरु किन्ने ने ठीक है किन्ने गुरु साहिबाना की बाणी दर्ज है 6 गुरु साहिबाना की बाणी दर्ज है भगत दे संत किन्ना की बाणी दर्ज है जिन्हें दी तुहानूं याद हो सके भी किस जिहड़े कि गुरुआं दे नाम तो जरूर याद होण अगे तुहानूं अगर ये याद नहीं होंदे तो चल सकदा भी किन्ने गुरु साहिबान दे किन्ने शब्द ने एवें किहड़े भगत दे किन्ने शब्द दर्ज ने पट इस तों इलावा सत्ता बलवंड मरदाना सुंदर इन्हां दे 17 शब्द ने बाणी दी तरतीब 1430 अंग ने आदि ग्रंथ साहिब जी दे ते तीन भागों में वंडिया गया पहले भाग के जपजी साहब फिर रहरा साहब ते सोहिला आंदा
ਤੇ 1 ਤੋਂ ਲੈ ਕੇ 13 ਤੱਕ ਜਿਹੜੇ ਕਿ ਇਹ ਅੰਗ ਨੇ ਤੇ ਦੂਜੇ ਭਾਗ ਦੇ ਵਿੱਚ ਮੁੱਖ ਭਾਗ ਖਵਾਉਂਦਾ ਇਹ ਜਿਹਦੇ ਵਿੱਚ 31 ਰਾਗਾਂ ਦੇ ਅਨੁਸਾਰ ਵੰਡਿਆ ਗਿਆ ਤੇ ਹਰੇਕ ਰਾਗ ਦੇ ਵਿੱਚ ਅਕਾਲ ਪੁਰਖ ਦੀ ਉਸਤਤ ਕੀਤੀ ਗਈ ਹੈ। ਉਸ ਤੋਂ ਪਿੱਛੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਅਤੇ ਫਿਰ ਗੁਰੂ ਹੋਰ ਸਾਹਿਬਾਨਾਂ ਦੇ ਸ਼ਬਦ ਤਰਤੀਬ ਅਨੁਸਾਰ ਦਿੱਤੇ ਗਏ ਨੇ ਤੇ ਸਾਰੇ ਹੀ ਗੁਰੂਆਂ ਦੇ ਸ਼ਬਦਾਂ ਵਿੱਚ ਨਾਨਕ ਦਾ ਨਾਮ ਵਰਤਿਆ ਗਿਆ ਤੇ ਮਹੱਲੇ ਦੇ ਅਕੋਰਡਿੰਗ ਆਪਾਂ ਨੂੰ ਪਤਾ ਲੱਗਦਾ ਕਿ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਹੈ, ਦੂਜੇ ਗੁਰੂ ਸਾਹਿਬਾਨ ਦੀ ਬਾਣੀ ਹੈ। ਅਤੇ ਉਸ ਤੋਂ ਬਾਅਦ ਅਗਲਾ ਭਾਗ 14 ਅੰਗ ਤੋਂ ਲੈ ਕੇ 1353 ਤੱਕ, ਠੀਕ ਹੈ। ਫਿਰ ਤੀਸਰੇ ਭਾਗ ਦੇ ਵਿੱਚ ਭੱਟਾਂ ਦੇ ਸਵਈਏ ਆਉਂਦੇ ਨੇ, ਮਤਲਬ ਕਿ ਸੈਕਿੰਡ ਜਿਹੜਾ ਭਾਗ ਹੈ ਉਹ 14 ਅੰਗ ਤੋਂ ਲੈ ਕੇ 1353 ਅੰਗ ਤੱਕ ਹੈ। ਅਤੇ ਤੀਸਰੇ ਭਾਗ ਦੇ ਵਿੱਚ ਭੱਟਾਂ ਦੇ ਸਵਈਏ, ਸਿੱਖ ਗੁਰੂ ਅਤੇ ਭਗਤਾਂ ਦੇ ਸਲੋਕ ਨੇ ਜਿਨ੍ਹਾਂ ਨੂੰ ਰਾਗਾਂ ਵਿੱਚ ਨਹੀਂ ਵੰਡਿਆ ਗਿਆ। ਅਤੇ ਆਦਿ ਗ੍ਰੰਥ ਸਾਹਿਬ ਜੀ ਮਦਾਮਣੀ ਦੇ ਦੋ ਸਲੋਕਾਂ ਦੇ ਨਾਲ ਹੈ, ਜਿਹੜੇ ਕਿ ਮਤਲਬ ਕਿ ਆਦਿ ਗ੍ਰੰਥ ਸਾਹਿਬ ਦੇ ਵਿੱਚ ਸਮਾਪਤੀ ਹੁੰਦੀ ਹੈ। ਅਤੇ ਇਹ ਸਲੋਕ ਗੁਰੂ ਅਰਜਨ ਦੇਵ ਜੀ ਦੇ ਨੇ, ਮਦਾਮਣੀ ਦੇ ਸਲੋਕ। ਅਤੇ ਅੰਤ ਦੇ ਵਿੱਚ ਰਾਗਮਾਲਾ ਦੇ ਵਿੱਚ ਕੰਤਿਕਾ ਦਿੱਤੀ ਗਈ ਆ, ਠੀਕ ਹੈ। ਅਤੇ ਬਾਣੀ ਅਤੇ ਅੱਗੇ ਸੰਗੀਤ ਦਾ ਸੁਮੇਲ, ਅੱਗੇ ਤਰਤੀਬ ਅਗਰ ਤੁਹਾਨੂੰ ਇਹ ਯਾਦ ਹੁੰਦੀ ਹੈ ਤਾਂ ਤੁਸੀਂ ਕਰ ਸਕਦੇ ਹੋ, ਅਗਰ ਨਹੀਂ ਹੁੰਦੀ ਤਾਂ ਕੋਈ ਚੱਕਰ ਨਹੀਂ, ਠੀਕ ਹੈ। ਬਾਕੀ ਤੁਸੀਂ ਉਹ ਜ਼ਰੂਰ ਵੀ ਪਹਿਲੇ ਭਾਗ ਦੇ ਵਿੱਚੋਂ ਦੂਜੇ ਭਾਗ ਦੇ ਵਿੱਚੋਂ ਉਹਨੂੰ ਜ਼ਰੂਰ ਯਾਦ ਕਰ ਲੈਣਾ। ਅੱਗੇ ਭਾਸ਼ਾ ਵਿਸ਼ੇ, ਆਦਿ ਗ੍ਰੰਥ ਸਾਹਿਬ ਜੀ ਦਾ ਮਹੱਤਵ ਕੀ ਹੈ, ਸਿੱਖਾਂ ਲਈ ਮਹੱਤਵ, ਸਾਂਝੀਵਾਲਤਾ ਦਾ ਸੰਦੇਸ਼, ਠੀਕ ਹੈ। ਇਹ ਸਾਰੇ ਪੁਆਇੰਟ ਆ ਜਾਣਗੇ। ਇਤਿਹਾਸਿਕ ਮਹੱਤਵ ਕੀ ਹੈ, ਸਾਹਿਤਕ ਮਹੱਤਵ ਕੀ ਹੈ। ਉਸ ਤੋਂ ਬਾਅਦ ਅਗਰ ਇਹ ਕੁਸ਼ਚਨ ਐਵੇਂ ਮਤਲਬ ਕਿ ਵੱਡਾ ਕਰਕੇ ਪੁੱਛਿਆ ਜਾਵੇ ਤਾਂ ਉਹਨੂੰ ਥੋੜ੍ਹਾ ਥੋੜ੍ਹਾ ਕਰਕੇ ਤੁਸੀਂ ਥੋੜ੍ਹਾ ਪੁਆਇੰਟ ਲਿਖ ਕੇ ਥੋੜ੍ਹੇ ਥੋੜ੍ਹੇ ਐਕਸਪਲੇਨੇਸ਼ਨ ਕਰਕੇ ਤੁਸੀਂ ਇਹਨੂੰ ਸਮਅਪ ਕਰ ਸਕਦੇ ਹੋ। ਦੈਨ ਉਸ ਤੋਂ ਬਾਅਦ ਬੁੱਧ ਧਰਮ ਆਏ ਗਿਆ ਦੁਬਾਰਾ ਕੁਸ਼ਚਨ। ਮੈਂ ਤੁਹਾਨੂੰ ਕਿਹਾ ਸੀ ਹੈ ਨਾ, ਮੱਧ ਮਾਰਗ ਵਾਲਾ, ਅਸ਼ਟ ਮਾਰਗ ਵਾਲਾ, ਇਹ ਲੌਂਗ ਤੋਂ ਵੀ ਕੁਸ਼ਚਨ ਬਣਦਾ, ਜਾਂ ਮੱਧ ਵਰਗ ਬੁੱਧ ਧਰਮ ਦੀ ਕੁੰਜੀ ਹੈ, ਠੀਕ ਹੈ। ਤਾਂ ਉਹਦੇ 'ਤੇ ਵਿਆਖਿਆ ਕਰਨੀ ਹੈ, ਅਸ਼ਟਾਂਗ ਮਾਰਗ ਕੀ ਹੈ, ਅੱਠ ਸਿਧਾਂਤ ਕੀ ਨੇ, ਕੁਛ ਵੀ ਕੁਸ਼ਚਨ ਐਵੇਂ ਕਿਸੇ ਵੀ ਤਰੀਕੇ ਨਾਲ ਘੁਮਾਇਆ ਜਾ ਸਕਦਾ ਹੁੰਦਾ। ਮੱਧ ਮਾਰਗ ਕੀ ਹੈ, ਇਹਦੇ ਵਿੱਚ 8 ਸਿਧਾਂਤ ਆ ਜਾਣਗੇ। ਅੱਠੋ ਜਿਹੜੇ ਕਿ ਸਿਧਾਂਤ ਨੇ ਇਹਦੇ ਵਿੱਚ, ਦੈਨ ਉਸ ਤੋਂ ਬਾਅਦ ਅੱਗੇ ਹੈਗੇ ਨੇ ਜੈਨ ਧਰਮ। ਜੈਨ ਧਰਮ ਦੇ ਵੀ ਜਿਹੜੇ ਕਿ ਇਹਨਾਂ ਦੇ ਵੀ ਸਿੱਖਿਆਵਾਂ, ਬਾਕੀ ਇਹਨਾਂ ਦੇ ਆ ਸਾਰੇ ਜਿਹੜੇ ਕਿ ਸ਼ੋਰਟ ਕੁਸ਼ਚਨ 'ਚ ਨਿਕਲਣਗੇ। ਜੈਨ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਜਿਨ ਤੋਂ ਲਿਆ ਗਿਆ, ਜਿਸ ਤੋਂ ਭਾਵ ਹੁੰਦਾ ਵਿਜੇਤਾ, ਜਿਸ ਤੋਂ ਭਾਵ ਹੁੰਦਾ ਵਿਜੇਤਾ। ਵਿਜੇਤਾ ਤੋਂ ਭਾਵ ਉਸ ਵਿਅਕਤੀ ਤੋਂ ਸੀ ਜਿਸ ਨੇ ਆਪਣੀ ਗਿਆਨ ਇੰਦਰੀਆਂ ਅਤੇ ਮਨ ਨੂੰ ਜਿੱਤ ਲਿਆ। ਅਤੇ ਜੈਨ ਧਰਮ ਨੂੰ ਮੁੱਢ ਦੇ ਵਿੱਚ ਨਿਰਗ੍ਰੰਥ ਦੇ ਨਾਂ ਨਾਲ ਜਾਣਿਆ ਗਿਆ। ਨਿਰਗ੍ਰੰਥ ਤੋਂ ਭਾਵ ਹੁੰਦਾ ਬੰਧਨਾਂ ਤੋਂ ਰਹਿਤ, ਅਤੇ ਜੈਨੀ ਆਚਾਰੀਆਂ ਨੂੰ ਤੀਰਥਾਂਕਰ ਕਿਹਾ ਗਿਆ। ਤੀਰਥਾਂਕਰ ਤੋਂ ਭਾਵ ਹੁੰਦਾ ਕਿਨਾਰੇ ਲਾਉਣ ਵਾਲਾ, ਪੁੱਲ ਬਣਾਉਣ ਵਾਲਾ, ਸੰਸਾਰ ਦੇ ਭਵ ਸਾਗਰ ਤੋਂ ਪਾਰ ਕਰਨ ਵਾਲਾ। ਅੱਗੇ ਜੈਨ ਧਰਮ ਦੀਆਂ ਸਿੱਖਿਆਵਾਂ, ਨੈਤਿਕ ਸਿੱਖਿਆਵਾਂ, ਨੈਤਿਕ ਕੀਮਤਾਂ, ਜੈਨ ਧਰਮ ਦਾ ਆਧਾਰ ਨੇ, ਕੁਛ ਵੀ ਕਿਵੇਂ ਵੀ ਕੁਸ਼ਚਨ ਜਿਹੜੇ ਕਿ ਆ ਸਕਦਾ ਬਣ ਕੇ ਸਿੱਖਿਆਵਾਂ, ਮਤਲਬ ਕਿ ਕੁਸ਼ਚਨ ਕੋਈ ਵੀ ਕਿਸੇ ਵੀ ਤਰੀਕੇ ਨਾਲ ਘੁਮਾਇਆ ਜਾ ਸਕਦਾ। ਤੁਸੀਂ ਉਹਨਾਂ ਦਾ ਬਸ ਕੀ ਪੁਆਇੰਟ ਯਾਦ ਰੱਖਣੇ ਵੀ ਕੀ ਪੁੱਛਿਆ ਹੋਇਆ ਇਹਦੇ ਵਿੱਚ, ਸਿਧਾਂਤ ਵੀ ਲਿਖ ਸਕਦੇ ਨੇ ਸਿੱਖਿਆਵਾਂ ਨੂੰ। ਇਹਦੇ ਵਿੱਚ ਤ੍ਰਿਰਤਨ ਸ਼ਾਰਟ ਦੇ ਵਿੱਚ ਵੀ ਜਾਂਦੇ ਨੇ, ਵੈਰੀ ਸ਼ਾਰਟ 'ਚ ਵੀ ਜਾਂਦੇ ਨੇ ਤ੍ਰਿਰਤਨ। ਅੱਗੇ ਅਹਿੰਸਾ, ਨੌ ਸਚਾਈਆਂ, ਠੀਕ ਹੈ, ਇਹ ਸਾਰੇ ਜਾਂਦੇ ਨੇ ਇਹਦੇ ਵਿੱਚ, ਨੌ ਸਚਾਈਆਂ, ਕਰਮ ਸਿਧਾਂਤ। ਉਸ ਤੋਂ ਬਾਅਦ ਅੱਗੇ ਪੰਜ ਅਨੁਵਰਤ, ਅਨੇਕਤਾਵਾਦ, ਸ਼ੁੱਧ ਆਚਰਣ, 24 ਤੀਰਥੰਕਰਾਂ ਦੀ ਪੂਜਾ, ਸਮਾਨਤਾ ਵਿੱਚ ਵਿਸ਼ਵਾਸ, ਜੱਗਾਂ ਵਾਲੀਆਂ ਵਿੱਚ ਅਵਿਸ਼ਵਾਸ, ਵੇਦਾਂ ਦੇ ਸੰਸਕ੍ਰਿਤ ਭਾਸ਼ਾ ਵਿੱਚ ਅਵਿਸ਼ਵਾਸ। ਦੈਨ ਉਸ ਤੋਂ ਬਾਅਦ ਤ੍ਰਿਰਤਨ, ਜੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਅਲੱਗ ਵੀ ਕੁਸ਼ਚਨ ਆ ਸਕਦਾ ਤ੍ਰਿਰਤਨ। ਅਤੇ ਸਿੱਖ ਜੀਵਨ ਜਾਂਚ, ਇਹਦੇ ਵਿੱਚ ਸਿੱਖ ਜੀਵਨ ਜਾਂਚ ਹੈ ਕਿ ਸਿੱਖ ਰਹਿਤ ਮਰਿਆਦਾ ਦੇ ਪ੍ਰਮੁੱਖ ਲੱਛਣ ਵਿਸ਼ੇਸ਼ਤਾਵਾਂ, ਠੀਕ ਹੈ। ਸਿੱਖ ਧਾਰਮਿਕ ਜੀਵਨ ਜਾਂਚ ਕੀ ਹੈ, ਰਹਿਤ ਮਰਿਆਦਾ ਕੀ ਹੈ, ਸਿੱਖ ਜੀਵਨ ਜਾਂਚ ਵਿੱਚ ਸ਼ਖਸੀ ਰਹਿਣੀ ਬਾਰੇ ਜਾਣਕਾਰੀ ਦੇਣੀ, ਠੀਕ ਹੈ। ਇਹ ਵੀ ਇਹ ਚੈਪਟਰ ਇੰਪੋਰਟੈਂਟ ਆ ਕਿਉਂਕਿ ਇਹ ਸੀ ਪੋਰਸ਼ਨ ਦੇ ਵਿੱਚ ਜਾਂਦਾ ਅਤੇ ਇਹਦੇ ਵਿੱਚ ਕੁਸ਼ਚਨਸ ਬਣਦੇ ਨੇ ਬਹੁਤ ਸਾਰੇ। ਤੁਸੀਂ ਇਹਦੇ ਵਿੱਚ ਚੈਪਟਰ 'ਚੋਂ ਚੰਗੇ ਤਰੀਕੇ ਨਾਲ ਕਰਨੇ ਨੇ ਕਿਉਂਕਿ ਸੀ ਪੋਰਸ਼ਨ ਦੇ ਵਿੱਚ ਜਾਂਦਾ ਇਹ ਚੈਪਟਰ। ਗੁਰਮਤਿ ਰਹਿਣੀ ਕੀ ਹੈ, ਠੀਕ ਹੈ, ਜੀਵਨ ਜਾਂਚ ਕੀ ਹੈ, ਇਹਦੇ ਬਾਰੇ ਕੁਸ਼ਚਨ ਕਿਵੇਂ ਵੀ ਬਣ ਕੇ ਆ ਸਕਦਾ। ਜੀਵਨ ਜਾਂਚ ਦੀਆਂ ਵਿਸ਼ੇਸ਼ਤਾਵਾਂ ਇਹਦੇ ਵਿੱਚ ਐਵੇਂ ਪਹਿਲਾਂ ਇਹ ਵਾਰ ਦੱਸਣਾ ਵੇਰਵਾ, ਫਿਰ ਸਿੱਖ ਕੌਣ ਹੈ, ਦੈਨ ਅੱਗੇ ਨਾਮ ਬਾਣੀ ਦਾ ਅਭਿਆਸ, ਠੀਕ ਹੈ, ਇਹਦੇ ਵਿੱਚ ਸਾਰਾ ਇਹ ਸਾਰੇ ਪੁਆਇੰਟਸ ਆਉਂਦੇ ਨੇ। ਉਸ ਤੋਂ ਬਾਅਦ ਜਿਵੇਂ ਇਹਨਾਂ ਦੇ ਕਾਫੀ ਕਾਫੀ ਪੁਆਇੰਟ ਦਿੱਤੇ ਹੋਏ, ਤੁਸੀਂ ਕੋਈ 8-8 ਪੁਆਇੰਟ ਕਰ ਸਕਦੇ ਹੋ, 20-20 ਦੇ ਰੱਖੇ, 10-10 ਵੀ ਕਰ ਸਕਦੇ ਹੋ। ਗੁਰਸਿੱਖ ਦੀ ਰਹਿਣੀ ਸਹਿਣੀ ਕਿਵੇਂ ਦੀ ਹੋਣੀ ਚਾਹੀਦੀ ਹੈ,
अगे मूल मंत्र साहिब की व्याख्या, ठीक है, मूल मंत्र साहिब की व्याख्या। सिख धर्म विच एक ही शुरुआत तो की भाव है, मूल मंत्र साहिब की संखेप व्याख्या, ये भी तुसी याद करना। तां जिन्ने भी मैं तुहानूं क्वेश्चन दस रही हूँ सारे इंपोर्टेंट ने, जिन्ने भी मैं तुहानूं बोल बोल के कह रही हूँ कि ये भी ठीक है, ये विच ये सारे गुर मूल मंत्र साहिब की व्याख्या होगी, तुसी स्क्रीनशॉट भी ले सकते हो। उस तो बाद नाम जपना, किरत करना, वंड छकना, जीवन जांच इहदा बारे वर्णन करना, ठीक है। तां इहदे विच नाम जपना की है, फिर उस तो बाद किरत करनी की है, दैन उस तो बाद वंड छकना की है, संगत संगत का की महत्व है, पंगत पंगत भाव कतार विच बैठ के लंगर छकना, ठीक है। उस तो बाद हुक्म हुक्म, ठीक है, होमे, इन बारे सारे च पढ़ने ने एक एक बार तुसी जरूर, होमे रोग दीर्घ रोग है किवें इहदे बारे वेरवा देना। उस तो बाद अगे नाम सिमरन, ये बारे भी पढ़ना तुसी, ठीक है। सिमरन सिख धर्म सिमरन का की महत्व है, सिख धर्म च सिमरन करन दा। उस तो बाद ये क्वेश्चनस, ये सारे क्वेश्चनस बनते ने ये चैप्टर दे। होमे सेवा ते जात पात, ये बारे नोट लिखना, होमे की है, ठीक है। फिर उस तो बाद सेवा की है, सेवा बारे, सेवा तो बाद उस तो बाद जात पात की है, ये बारे अलग क्वेश्चन से सारा, जात पात की है। ये सारे क्वेश्चन बनते हैं। थैंक्स।